ਲੈ ਜੀ ਪੈਟਰੋਲ ਵਿੱਚ ਕਾਰ ਆ, ਗੱਡੀ ਚੱਲੀ ਹੋਈ ਆ ਜੀ, ਓਨਲੀ 13,000 ਕਿਲੋਮੀਟਰ ਲੱਗੇ ਹੋਏ ਆ ਜੀ, ਐਕਸਟਰਾ ਸੀਟ ਕਵਰ ਲੱਗੇ ਹੋਏ ਆ ਜੀ, ਕਾਰ ਨੂੰ ਦੇ ਸਕਦੇ ਹੋ ਵਿੱਚੋਂ ਬਹੁਤ ਹੀ ਵਧੀਆ ਕੰਡੀਸ਼ਨ। ਸੋ ਮੈਨੂਅਲ 'ਚ ਕਾਰ ਆ ਗਈ ਆ ਜੀ, ਫਿਰ ਤੋਂ ਡੀਜ਼ਲ ਦੇ ਵਿੱਚ, ਡੀਜ਼ਲ ਦੇ ਵਿੱਚ ਵਰਨ ਆ ਗਈ ਆ ਜੀ, 1.6 SX ਮਾਡਲ ਹੈ ਜੀ, ਇਹ ਆ ਜੀ 9,35,000, ਕਾਰ ਤੁਹਾਨੂੰ ਓਨਲੀ ਦੇ ਦੇਵਾਂਗੇ ਜੀ 9 ਲੱਖ ਰੁਪਏ 'ਚ। ਸੋ ਬਹੁਤ ਹੀ ਵਧੀਆ ਕੰਡੀਸ਼ਨ, ਬਾਕੀ ਕਰੋਮ ਕਰੂਮ ਲੱਗੀ ਹੋਈ ਆ ਜੀ, ਦੇ ਸਕਦੇ ਹੋ, ਬਾਕੀ ਬੈਕ ਤੋਂ ਲੁੱਕ ਦੇ ਸਕਦੇ ਹੋ। ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਵੀਰਾਂ ਨੂੰ। ਸੋ ਮੈਂ ਤੁਹਾਡਾ ਆਪਣਾ ਅੰਮ੍ਰਿਤਪਾਲ ਸੂਚ ਭੰਡਾਰੀ ਕਾਰ ਬਜ਼ਾਰ ਤੋਂ ਜੀ। ਸੋ ਅੱਜ ਤੁਹਾਡਾ ਵੀਰ ਤੁਹਾਡੇ ਲਈ ਲੈ ਕੇ ਆ ਚੁੱਕਾ ਜੀ ਵਰਨਾ ਦਾ ਸਟੋਕ। ਮੇਰੇ ਵੀਰਾਂ ਭਰਾਵਾਂ ਦੇ ਬੜੇ ਕਮੈਂਟ ਆਉਂਦੇ ਸੀ ਵੀ ਵਰਨਾ ਦਾ ਸਟੋਕ ਲੈ ਕੇ ਆਓ। ਸੋ ਅੱਜ ਆਪਣਾ ਪੈਟਰੋਲ 'ਚ ਡੀਜ਼ਲ 'ਚ ਤੁਹਾਨੂੰ ਕਾਰਾਂ ਦਿਖਾਵਾਂਗੇ। ਵਲੌਗ ਨੂੰ ਦੇਖਣ ਤੋਂ ਪਹਿਲਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਸਾਡੀ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਵਾਚ ਕਰਦੇ ਆ ਜੀ। ਸੋ ਕਰਦੇ ਹਾਂ ਵੀਡੀਓ ਨੂੰ ਸਟਾਰਟ ਜੀ। ਲਓ ਜੀ ਮੇਰੇ ਵੀਰਾਂ ਵਾਸਤੇ ਲੈ ਕੇ ਆ ਗਏ ਹਾਂ ਜੀ ਪੈਟਰੋਲ 'ਚ, 19 ਮਾਡਲ ਆ ਜੀ ਵਰਨਾ। ਸੋ ਗੱਡੀ ਚੱਲੀ ਹੈਗੀ ਆ ਜੀ ਸਾਰੀ 33,000 ਕਿਲੋਮੀਟਰ, 8,50,000 ਗੱਡੀ ਦਾ ਪ੍ਰਾਈਜ਼ ਆ ਜੀ। ਸੋ ਕਾਰ ਤੁਹਾਨੂੰ ਦੇ ਦੇਵਾਂਗੇ ਜੀ 8,20,000 ਰੁਪਏ 'ਚ ਓਨਲੀ, ਬਾਕੀ ਮੌਕੇ 'ਤੇ ਜੋ ਹੋ ਸਕਿਆ ਜਿੰਨਾ ਹੋ ਸਕਿਆ ਮਾਨਤਾਨ ਜ਼ਰੂਰ ਕਰਾਂਗੇ। ਵਿੱਚੋਂ ਗੱਡੀ ਦੀ ਕੰਡੀਸ਼ਨ ਦੇ ਸਕਦੇ ਹੋ, 70 ਮੈਂਟ ਲੱਗੇ ਹੋਏ ਆ ਜੀ, ਸੀਟ ਕਵਰ ਲੱਗੇ ਹੋਏ ਆ ਜੀ ਐਕਸਟਰਾ। ਸੋ ਮੈਨੂਅਲ 'ਚ ਕਾਰ ਆ, ਪੁਸ਼ ਬਟਨ ਸਟਾਰਟ ਕਰ ਰਿਹਾ ਜੀ। ਸੋ ਬਾਕੀ ਲੁੱਕ ਵਾਈਜ਼ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕਾਰ ਆ, ਟਾਇਰਾਂ ਦੀ ਕੰਡੀਸ਼ਨ ਵੀ ਬਿਲਕੁਲ ਓਕੇ ਆ ਜੀ, ਬੈਕ ਤੋਂ ਦੇਖ ਸਕਦੇ ਹੋ ਬੈਕ ਤੋਂ ਕੰਡੀਸ਼ਨ। ਗੱਡੀ ਨੂੰ ਨੰਬਰ ਲੱਗਾ ਹੋਇਆ ਜੀ PV 18 20 86 50। ਸੋ ਮੇਰੇ ਵੀਰ ਕਹਿੰਦੇ ਸੀਗੇ ਵੀ ਤੁਸੀਂ ਮੀਟਰ ਬੈਕ ਕਾਰਾਂ ਤਾਂ ਨਹੀਂ ਵੇਚਦੇ, ਸੋ ਮੇਰੇ ਵੀਰੋ ਤੁਹਾਨੂੰ ਨੰਬਰ ਦਿਖਾਤਾ ਗੱਡੀ ਦਾ, ਪਹਿਲਾਂ ਗੱਡੀ ਦਾ ਰਿਕਾਰਡ ਚੈੱਕ ਕਰਾਓ ਏਜੰਸੀ 'ਚੋਂ, ਫਿਰ ਸਾਡੇ ਕੋਲ ਕਾਰ ਪਰਚੇਜ਼ ਕਰੋ ਜੀ। ਚੱਲਦੇ ਹਾਂ ਜੀ, ਆਓ ਜੀ ਅੱਗੇ। ਮੇਰੇ ਵੀਰ ਕਹਿੰਦੇ ਸੀਗੇ ਜੀ ਸਨਰੂਫ ਵਿੱਚ ਵਰਨਾ ਲੈ ਕੇ ਆਓ। ਸੋ ਆਪਣੇ ਕੋਲ ਸਨਰੂਫ ਵਿੱਚ ਵੀ ਵਰਨਾ ਆ ਗਈ ਹੈ ਜੀ, 21 ਮਾਡਲ ਆ ਜੀ, ਪੈਟਰੋਲ ਵਿੱਚ ਕਾਰ ਆ, ਗੱਡੀ ਚੱਲੀ ਹੋਈ ਆ ਜੀ ਓਨਲੀ 13,000 ਕਿਲੋਮੀਟਰ। ਸੋ ਇਹਦੀ ਪ੍ਰਾਈਜ਼ ਲਿਸਟ ਦੇਖ ਸਕਦੇ ਹੋ ਜੀ, 10,90,000 ਇਹਦਾ ਪ੍ਰਾਈਜ਼ ਆ। ਕਾਰ ਤੁਹਾਨੂੰ ਓਨਲੀ ਦੇਵਾਂਗੇ ਜੀ 10.5 ਲੱਖ ਰੁਪਏ 'ਚ। ਜਿਹੜਾ ਬੰਦਾ ਕਹਿ ਦੂਗਾ ਵੀ ਤੁਹਾਡੀ ਵੀਡੀਓ ਦੇਖ ਕੇ ਆਏ ਹਾਂ, ਕਾਰ ਤੁਹਾਨੂੰ 10.5 ਲੱਖ ਰੁਪਏ 'ਚ ਦੇ ਦਾਂਗੇ। ਬਾਕੀ ਲੁੱਕ ਵਾਈਜ਼ ਕੰਡੀਸ਼ਨ ਵਾਈਜ਼ ਗੱਡੀ ਦੀ ਦੇਖ ਸਕਦੇ ਹੋ, ਵਿੱਚੋਂ ਗੱਡੀ ਦਾ ਇੰਟੀਰੀਅਰ ਚੈੱਕ ਕਰ ਸਕਦੇ ਹੋ ਜੀ, 70 ਮੈਟ ਲੱਗੇ ਆ, ਸੀਟ ਕਵਰ ਚੜੇ ਹੋਏ ਆ, ਓਨਲੀ 13,000 ਕਿਲੋਮੀਟਰ ਕਾਰ ਚੱਲੀ ਹੋਈ ਆ ਜੀ। ਸੋ ਬਾਕੀ ਇਹਦੇ ਵਿੱਚ ਸਨਰੂਫ ਆ ਗਿਆ ਜੀ, ਸੋ ਬਹੁਤ ਹੀ ਸੋਹਣੀ ਕੰਡੀਸ਼ਨ ਹੈ ਗੱਡੀ ਦੀ। ਸੋ ਇਹ ਵੀ ਪੁਸ਼ ਬਟਨ ਸਟਾਰਟ ਕਰ ਰਿਹਾ ਜੀ, ਬਾਕੀ ਕਰੋਮ ਕਰੂਮ ਲੱਗੀ ਹੋਈ ਹੈ ਜੀ, ਬੈਕ ਤੋਂ ਦੇਖ ਸਕਦੇ ਹੋ ਗੱਡੀ ਦਾ ਨੰਬਰ ਜੀ PV 11 DD 1938, ਪਟਿਆਲਾ ਨੰਬਰ ਲੱਗਾ ਹੋਇਆ ਜੀ ਕਾਰ ਨੂੰ। ਸੋ ਬਹੁਤ ਹੀ ਸੋਹਣੀ ਲੁੱਕ ਆ ਜੀ, ਬੰਪਰ ਟੂ ਬੰਪਰ ਗੱਡੀ ਦੀ ਲਿਖਤੀ ਰੂਪ ਵਿੱਚ ਤੁਹਾਨੂੰ ਗਰੰਟੀ ਦੇਵਾਂਗੇ ਜੀ। ਸੋ ਅੱਗੇ ਆ ਜਾਓ ਜੀ। ਲਓ ਜੀ ਅੱਗੇ ਮੇਰੇ ਵੀਰਾਂ ਦੀ ਡਿਮਾਂਡ ਸੀ ਵੀ ਡੀਜ਼ਲ ਦੇ ਵਿੱਚ ਵੀ ਵਰਨਾ ਲੈ ਕੇ ਆਓ। ਸੋ ਆਪਣੇ ਕੋਲ ਆ ਗਿਆ ਜੀ 19 ਮਾਡਲ ਡੀਜ਼ਲ ਦੇ ਵਿੱਚ, ਗੱਡੀ ਆਉਂਦੀ ਚੱਲੀ ਹੋਈ ਹੈ ਜੀ 33,000 ਕਿਲੋਮੀਟਰ। ਸੋ ਬਾਕੀ ਓਲਾਇਰ ਟਾਇਰ ਗੱਡੀ ਨੂੰ ਐਕਸਟਰਾ ਲੱਗੇ ਹੋਏ ਆ ਜੀ। ਸੋ ਕਾਰ ਦਾ ਪ੍ਰਾਈਜ਼ ਆ ਜੀ 9,35,000, ਕਾਰ ਤੁਹਾਨੂੰ ਓਨਲੀ ਦੇ ਦੇਵਾਂਗੇ ਜੀ 9 ਲੱਖ ਰੁਪਏ 'ਚ ਡੀਜ਼ਲ ਵਿੱਚ ਕਾਰ। ਸੋ ਬਾਕੀ ਗੱਡੀ ਦਾ ਅੰਦਰੋਂ ਇੰਟੀਰੀਅਰ ਤੁਹਾਨੂੰ ਦਿਖਾ ਦਿੰਦੇ, ਚੈੱਕ ਕਰ ਸਕਦੇ ਹੋ, 70 ਮੈਟ ਲੱਗੇ ਹੋਏ ਆ ਜੀ, ਐਕਸਟਰਾ ਸੀਟ ਕਵਰ ਲੱਗੇ ਹੋਏ ਆ ਜੀ, ਕਾਰ ਨੂੰ ਦੇ ਸਕਦੇ ਹੋ ਵਿੱਚੋਂ ਬਹੁਤ ਹੀ ਵਧੀਆ ਕੰਡੀਸ਼ਨ। ਸੋ ਮੈਨੂਅਲ 'ਚ ਕਾਰ ਆ ਜੀ, ਗੱਡੀ ਦੀ ਤੁਹਾਨੂੰ ਲਿਖਤੀ ਰੂਪ ਵਿੱਚ 6 ਮਹੀਨੇ ਦੀ ਗਰੰਟੀ ਦਿੱਤੀ ਜਾਊਗੀ ਜੀ। ਸੋ ਬਾਕੀ ਬੈਕ ਤੋਂ ਸੀਟਾਂ ਦੀ ਕੰਡੀਸ਼ਨ ਦੇ ਸਕਦੇ ਹੋ, ਬਿਲਕੁਲ ਨੀਟ ਐਂਡ ਕਲੀਨ ਕਾਰ ਸਾਫ਼ ਕਰ ਰਿਹਾ ਜੀ, ਡੋਰ ਵਾਈਜ਼ਰ ਐਕਸਟਰਾ ਲੱਗੇ ਹੋਏ ਆ। ਸੋ ਬਾਕੀ ਬੈਕ ਤੋਂ ਦੇ ਸਕਦੇ ਹੋ PV 09 H 77 14। ਸੋ ਗੱਡੀ ਨੂੰ ਕਪੂਰਥਲਾ ਨੰਬਰ ਲੱਗਾ ਹੋਇਆ ਜੀ। ਸੋ ਜਿੰਨੀਆਂ ਤੁਹਾਨੂੰ ਮੈਂ ਕਾਰਾਂ ਦਿਖਾ ਰਿਹਾ ਸਾਰੀਆਂ ਆਪਣੇ ਕੋਲ ਫਸਟ ਓਨਰ ਕਾਰਾਂ ਆ ਜੀ। ਸੋ ਤੁਸੀਂ ਰਿਕਾਰਡ ਚੈੱਕ ਕਰਾ ਸਕਦੇ ਹੋ ਜੇ ਕਰਾਉਣਾ ਹੋਵੇ, ਨੰਬਰ ਵੀ ਤੁਹਾਨੂੰ ਗੱਡੀਆਂ ਦੇ ਅਸੀਂ ਦੱਸ ਰਹੇ ਹਾਂ ਜੀ। ਸੋ ਅੱਗੇ ਆ ਗਈ ਆ ਜੀ, ਫਿਰ ਸਨਰੂਫ ਵਿੱਚ, ਸਨਰੂਫ ਵਿੱਚ ਆ ਗਈ ਆ ਵਰਨਾ, ਪੈਟਰੋਲ ਵੇਰੀਐਂਟ ਹੈ, 20 ਮਾਡਲ ਕਾਰ ਆ ਜੀ, ਗੱਡੀ ਚੱਲੀ ਹੋਈ ਆ ਜੀ ਓਨਲੀ 27,000 ਕਿਲੋਮੀਟਰ, 27,000 ਕਿਲੋਮੀਟਰ ਕਾਰ ਚੱਲੀ ਆ।
ਬਾਕੀ ਰੇਟ ਲਿਸਟ ਤੁਹਾਡੇ ਸਾਹਮਣੇ ਆ। ਰੇਟ ਲੱਗਾ ਹੋਇਆ ਗੱਡੀ ਨੂੰ 10,60,000 ਰੁਪਏ। ਕਾਰ ਤੁਹਾਨੂੰ ਓਨਲੀ ਦੇਣਾਗੇ ਜੀ 10,20,000 ਰੁਪਏ 'ਚ, ਨਾ ਉੱਤੇ ਅਤੇ ਨਾ ਥੱਲੇ, ਓਨਲੀ 10,20,000 ਰੁਪਏ 'ਚ ਕਾਰ ਦੇ ਦਾਂਗੇ। ਬਾਕੀ ਗੱਡੀ ਦਾ ਅੰਦਰੋਂ ਇੰਟੀਰੀਅਰ ਦੇਖ ਸਕਦੇ ਹੋ ਜੀ, ਕਰੋਮ ਕਰੂਮ ਲੱਗੀ ਹੋਈ ਆ, ਸੀਟ ਕਵਰ ਚੜ੍ਹੇ ਆ, 7D ਮੈਟ ਲੱਗੇ ਹੋਏ, ਸਕਰੀਨ ਲੱਗੀ ਹੋਈ ਆ ਜੀ, ਮੈਨੂਅਲ 'ਚ ਕਾਰ ਆ। ਸੋ ਸਨਰੂਫ ਹੈਗਾ ਜੀ ਇਹਦੇ ਵਿੱਚ, ਸਨਰੂਫ ਵਾਲਾ ਵੇਰੀਐਂਟ ਆ, ਦੇਖ ਸਕਦੇ ਹੋ ਮੇਰੇ ਵੀਰ ਭਰਾ। ਸੋ ਪਿੱਛੋਂ ਵੀ ਗੱਡੀਆਂ ਦੀ ਕੰਡੀਸ਼ਨ ਬਹੁਤ ਹੀ ਵਧੀਆ ਹੈ ਜੀ। ਬਾਕੀ ਬੈਕ ਤੋਂ ਲੁੱਕ ਦੇਖ ਸਕਦੇ ਹੋ ਜੀ, ਗੱਡੀ ਦੀ ਨੰਬਰ ਲੱਗਾ ਹੋਇਆ ਜੀ PV31BW77। ਬਹੁਤ ਹੀ ਸੋਹਣਾ ਕਾਰ ਨੂੰ ਨੰਬਰ ਲੱਗਾ ਹੋਇਆ ਜੀ, ਰਿਕਾਰਡ ਤੁਸੀਂ ਚੈੱਕ ਕਰਾ ਸਕਦੇ ਹੋ, ਨੰਬਰ ਪਾ ਕੇ ਏਜੰਸੀ ਤੋਂ ਤੁਸੀਂ ਚੈੱਕ ਕਰਾ ਸਕਦੇ ਹੋ। ਲਓ ਜੀ ਅੱਗੇ ਆ ਗਈ ਆ ਜੀ ਫਿਰ ਤੋਂ ਡੀਜ਼ਲ ਦੇ ਵਿੱਚ, ਡੀਜ਼ਲ ਦੇ ਵਿੱਚ ਵਰਨਾ ਆ ਗਈ ਆ ਜੀ। 1.6 SX ਮਾਡਲ ਹੈ ਜੀ, 20 ਮਾਡਲ ਕਾਰ ਆ, ਗੱਡੀ ਓਨਲੀ ਚੱਲੀ ਹੋਈ ਹੈ ਜੀ, 20,000 ਕਿਲੋਮੀਟਰ ਕਾਰ ਚੱਲੀ ਆ। ਬਾਕੀ ਰੇਟ ਲਿਸਟ ਦੇਖ ਸਕਦੇ ਹੋ, ਪ੍ਰਾਈਜ਼ ਗੱਡੀ ਦਾ ਲਿਖਿਆ ਹੋਇਆ 11,10,000 ਰੁਪਏ। ਕਾਰ ਤੁਹਾਨੂੰ ਓਨਲੀ ਦੇ ਦਾਂਗੇ ਜੀ 10,80,000 ਰੁਪਏ 'ਚ ਕਾਰ ਦੇ ਦਾਂਗੇ ਜੀ। ਬਾਕੀ ਗੁੱਡ ਕੰਡੀਸ਼ਨ ਕਾਰ ਆ, ਬਿਲਕੁਲ ਸਾਫ਼ ਕਾਰ ਆ, ਗੱਡੀ ਦੀ ਰਿਟਰਨ ਵਿੱਚ ਤੁਹਾਨੂੰ ਗਰੰਟੀ ਲਿਖ ਕੇ ਦੇਵਾਂਗੇ, ਫਾਸਟ ਓਨਰ ਕਾਰ ਆ। ਸੋ ਬਾਕੀ ਵਿੱਚੋਂ ਗੱਡੀ ਦਾ ਇੰਟੀਰੀਅਰ ਇੱਕ ਵਾਰੀ ਮੇਰੇ ਵੀਰ ਭਰਾਵਾਂ ਨੂੰ ਦਿਖਾ ਦਿਓ ਜਿਹੜੇ ਜਿਹੜੇ ਸਾਡੀ ਵੀਡੀਓ ਵਾਚ ਕਰ ਰਹੇ ਆ ਜੀ। ਸੋ ਦੇਖ ਸਕਦੇ ਹੋ ਜੀ ਮੈਟ ਲੱਗੇ ਹੋਏ, ਸੀਟ ਕਵਰ ਲੱਗੇ ਹੋਏ, ਸਕਰੀਨ ਵਿੱਚ ਲੱਗੀ ਹੋਈ ਆ ਜੀ। ਸੋ ਇਹ ਮੈਨੂਅਲ ਵਿੱਚ ਕਾਰ ਆ ਜੀ, ਡੀਜ਼ਲ ਦੇ ਵਿੱਚ। ਸੋ ਬਹੁਤ ਹੀ ਵਧੀਆ ਕੰਡੀਸ਼ਨ, ਬਾਕੀ ਕਰੋਮ ਕਰੂਮ ਲੱਗੀ ਹੋਈ ਆ ਜੀ, ਦੇਖ ਸਕਦੇ ਹੋ। ਬਾਕੀ ਬੈਕ ਤੋਂ ਲੁੱਕ ਦੇਖ ਸਕਦੇ ਹੋ, ਗੱਡੀ ਦੀ PV10 ਲੁਧਿਆਣਾ ਨੰਬਰ ਲੱਗਾ ਆ ਜੀ, PV10HJ7538। ਸੋ ਬਹੁਤ ਸੋਹਣਾ ਕਾਰ ਨੂੰ ਨੰਬਰ ਲੱਗਾ ਹੋਇਆ ਜੀ। ਚੱਲਦੇ ਹਾਂ ਅਗਲੀ ਵਰਨਾ ਵੱਲ ਜੀ। ਲਓ ਜੀ ਅੱਗੇ ਆ ਗਈ ਆ ਜੀ ਫਿਰ ਡੀਜ਼ਲ ਦੇ ਵਿੱਚ, 19 ਮਾਡਲ ਕਾਰ ਆ ਜੀ, SX ਮਾਡਲ ਆ। ਕਾਰ ਓਨਲੀ ਚੱਲੀ ਹੋਈ ਹੈ ਜੀ 35,000 ਕਿਲੋਮੀਟਰ ਚੱਲੀ, ਡੀਜ਼ਲ ਦੇ ਵਿੱਚ ਕਾਰ ਆ। ਰੇਟ ਲਿਸਟ ਦੇਖ ਸਕਦੇ ਹੋ, 10,60,000 ਰੁਪਏ ਪ੍ਰਾਈਜ਼ ਲੱਗਾ ਹੋਇਆ ਗੱਡੀ ਦਾ। ਗੱਡੀ ਤੁਹਾਨੂੰ ਦੇ ਦਾਂਗੇ ਜੀ 10,20,000 ਰੁਪਏ 'ਚ ਓਨਲੀ ਕਾਰ ਦੇ ਦਾਂਗੇ। ਬਾਕੀ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ, ਲੁੱਕ ਵਾਈਜ਼ ਦੇਖ ਸਕਦੇ ਹੋ, ਬਹੁਤ ਹੀ ਸੋਹਣੀ ਕਾਰ ਆ। ਬਾਕੀ ਵਿੱਚੋਂ ਇੱਕ ਵਾਰੀ ਗੱਡੀ ਦਾ ਇੰਟੀਰੀਅਰ ਚੈੱਕ ਕਰਾ ਦਿਓ ਮੇਰੇ ਵੀਰਾਂ ਨੂੰ। ਸੋ ਕਰੋਮ ਲੱਗੀ ਹੋਈ ਆ ਜੀ, ਸੀਟ ਕਵਰ ਚੜ੍ਹੇ ਹੋਏ ਆ, ਬਾਕੀ ਮੈਨੂਅਲ 'ਚ ਕਾਰ ਆ, ਸਕਰੀਨ ਲੱਗੀ ਹੋਈ ਆ, ਓਨਲੀ 35,000 ਕਿਲੋਮੀਟਰ ਕਾਰ ਚੱਲੀ ਹੋਈ ਆ ਜੀ। ਸੋ ਬਹੁਤ ਹੀ ਸੋਹਣੀ ਕੰਡੀਸ਼ਨ 'ਚ ਕਾਰ ਆ ਜੀ, ਗੁੱਡ ਕੰਡੀਸ਼ਨ 'ਚ ਕਾਰ ਆ, ਫਸਟ ਓਨਰ ਕਾਰ ਆ। ਨੰਬਰ ਦੇ ਸਕਦੇ ਹੋ PV09AH3454 ਗੱਡੀ ਨੂੰ ਨੰਬਰ ਲੱਗਾ ਹੋਇਆ ਜੀ। ਸੋ ਇਹੀ ਸੀ ਅੱਜ ਦੀ ਵੀਡੀਓ, ਇਹੀ ਸੀ ਅੱਜ ਦਾ ਬਲੌਗ। ਸੋ ਇੱਦਾਂ ਹੀ ਸਾਡੇ ਨਾਲ ਜੁੜੇ ਰਹੋ, ਵੀਡੀਓ ਨੂੰ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ। ਤੁਹਾਡਾ ਵੀਰ ਐਡੀ ਤੁਹਾਡੇ ਲਈ ਨਵੀਆਂ ਨਵੀਆਂ ਵੀਡੀਓ ਲੈ ਕੇ ਹਾਜ਼ਰ ਹੁੰਦਾ ਰਹੂਗਾ ਜੀ। ਸੋ ਨੀਚੇ ਮੇਰੀ ਇੰਸਟਾਗ੍ਰਾਮ ID ਆਉਂਦੀ ਹੋਊਗੀ, ਜਿਹੜੇ ਵੀਰ ਨੇ ਕੋਈ ਵੀ ਇਨਫੋਰਮੇਸ਼ਨ ਲੈਣੀ ਆ, ਸੋ ਮੈਨੂੰ ਮੈਸੇਜ ਕਰ ਲਓ ਇੰਸਟਾ 'ਤੇ, ਤੁਹਾਡਾ ਰਿਪਲਾਈ ਜ਼ਰੂਰ ਕਰਾਂਗੇ ਜੀ। ਮਿਲਾਂਗੇ ਅਗਲੀ ਵੀਡੀਓ ਨਾਲ, ਚੰਗਾ ਜੀ, ਸਤਿ ਸ਼੍ਰੀ ਅਕਾਲ।